बहुत बड़े हैं ते हल्का जिहा मन च उन्हां दे आ गया मेरी बाणी जिहड़ी महाराज जी इन्ने पसंद करदे हन ए अगे लिखणगे। सब तो पहले महाराज जी अंतर्यामी पंचम पातशाह फरमांदे ने जिहड़ा हुण तुहाडे मन च आ गया है ये हुण गुरु ग्रंथ साहिब च नहीं चढ़ेगी चढ़ सकती, पर तुहाडी बाणी कुंजी श्री गुरु ग्रंथ साहिब जंदरा साध संगत जी बाजारों खरीदो उन्हां दीआं वारां जिल्द दे उपर लिखिया होया है गुरु ग्रंथ साहिब जी दी कुंजी एडा वर देता वेखो की फरमांदे ने। और ये भी पातशाह जी ने उस टाइम मोर लाई जिहड़ी उन्हां दी बाणी ते सत युग सतगुर वास देव। मेरा दिल करदा अज कठ बड़ा है मैं सुनावा है वाहिगुरु कित्थों बनिया है। सारे जपदे ने वाहिगुरु जरा पिछे वेखिए सत युग सतगुर वास देव बबा विष्णु नाम जपावे। सत युग दे विच विष्णु भगवान होए वास देव जी वाहिगुरु दा बबा असी उत्थों लिया बाणी च आ गया लख वरिया की आर जा कोठे कोट न मंडप साजे। एक लख साल उम्र हुंदी सी घर नहीं सन बनांदे हुंदे कि आए हैं इत्थे समा कटन लई चले जाना है। इत्थों दी उम्र देख लो कलयुग दी 100 साल ते किवे मारदार पई गया। बबा लफज असी उत्थों लिया दुआपर सतगुर हरि कृष्ण हा हर हर नाम जपावै। ओ मालक सन ओ दुआपर दे विच हरि कृष्ण मालक सन जिहड़ा वाहिगुरु दा नाम हा असी लफज उत्थों लिया। सतयुग त्रेता राम जी रा रा राम जपै सुख पावै। जिहड़ा उन्हां नूं याद करदा सी भगवान राम नूं त्रेते च मालक सन ਉਹ ਸੁੱਖ ਪਾਉਂਦਾ ਹੁੰਦਾ ਸੀ। ਤਾਂ ਹੀ ਬਾਣੀ ਚ ਆ ਗਿਆ ਨਾ ਉਸ ਰਾਵਣ ਬਾਰੇ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ। ਓ 1 ਲੱਖ ਪੁੱਤਰ ਸੀ ਉਹਦਾ ਕਿਉਂਕਿ ਸਤਯੁਗ ਚ ਲੱਖ ਸਾਲ ਉਮਰ ਤ੍ਰੇਤੇ ਚ 10,000 ਦੁਆਪਰ ਚ 1,000 ਤੇ ਕਲਯੁਗ 100। 1 ਲੱਖ ਪੁੱਤਰ ਸੀ 1.25 ਲੱਖ ਉਹਦਾ ਰਿਸ਼ਤੇਦਾਰ ਸੀ। ਸ਼ਾਮ ਨੂੰ ਲਾਈਟ ਜਗਾਉਣ ਵਾਸਤੇ ਘਰ ਕੋਈ ਨਹੀਂ ਸੀ ਬਚਿਆ ਕਿਉਂਕਿ ਉਹਨੇ ਰੱਬ ਨਾਲ ਟੱਕਰ ਲੈ ਲਈ ਸੀ। ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਚ ਪਾਵੈ। ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਚੱਲੇਗਾ। ਸਾਧ ਸੰਗਤ ਜੀ ਚਾਰੇ ਜਾਗੇ ਚੌਂ ਚੁਗੀ ਪੰਚਾਇਨ ਵਿੱਚ ਜਾਏ ਸਮਾਵੈ। ਚਾਰੋਂ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੈ। ਚੌਵਾਂ ਜੀਵਾਂ ਦਾ ਇੱਕੋ ਹੀ ਮਾਲਕ ਵਾਹਿਗੁਰੂ ਹੀ ਪਰੋਇਆ ਤੇ ਇਹ ਨਾਮ ਜਪਾਇਆ। ਜਹਾਂ ਤੇ ਉਪਜਿਆ ਤਹਾਂ ਤੇ ਸਮਾਵੈ। ਸਤਿ ਸੰਗਤ ਜੀ ਇਸ ਬੱਚੇ ਨੂੰ ਇਹ ਬਚਨ ਸੁਣ ਕੇ ਨਾਮ ਨਾਲ ਪ੍ਰੀਤ ਹੋ ਗਈ ਸੀ। ਅੰਮ੍ਰਿਤ ਵੇਲੇ 2-2 ਘੰਟੇ ਦੇ ਚੌਂਕੜਾ ਲਾਣਾ ਹਜ਼ੂਰ ਦੇ ਬਚਨ ਕੰਨਾਂ ਨਾਲ ਲਾ ਕੇ ਇਸ ਨਾਮ ਨਾਲ ਪ੍ਰੀਤ ਹੋ ਗਈ ਸੀ। ਸਤਿ ਸੰਗਤ ਜੀ ਰੱਬ ਕੋਈ ਦੋ ਨਹੀਂ ਰੱਬ ਇੱਕੋ ਹੀ ਹੁੰਦਾ ਹੈ। ਅਕਬਰ ਦੀ ਮੈਂ ਸਿਰਫ 5-6 ਮਿਲ ਲਵਾਂਗਾ। ਅਕਬਰ ਦੀ ਕਾਰਵਾਲੀ ਹਿੰਦੂ ਤੇ ਉੱਥੇ ਕਥਾ ਹੁੰਦੀ ਸੀ ਗੀਤਾ ਦੀ ਕਥਾ ਹੋਣੀ ਤੇ ਮੀਆਂ ਮੀਰ ਜੀ ਜਿਨ੍ਹਾਂ ਗੋਲਡਨ ਟੈਂਪਲ ਦਾ ਨੀਂਹ ਪੱਥਰ ਰੱਖਿਆ ਉਹ ਉੱਥੇ ਝਾੜੂ ਦੇਣਾ। ਮੁਸਲਮਾਨ ਕੱਟਰ ਲੋਕ ਨਾ ਪਸੰਦ ਕਰਨਾ ਕਿ ਵੀ ਇੱਥੇ ਕਥਾ ਹੁੰਦੀ ਹੈ ਹਿੰਦੂਆਂ ਦੀ। ਜਦੋਂ ਆ ਗਿਆ ਕਿ 16,108 ਗੋਪੀਆਂ ਨਾਲ ਇੱਕੋ ਵੇਲੇ ਰੂਪ ਤਾਰ ਕੇ ਰਾਸਲੀਲਾ ਕਰਦੇ ਸਨ ਉਹ ਜਿਹੜੇ ਕੱਟਰ ਲੋਕ। ਆ ਵੇਖੋ ਜੀ ਹਿੰਦੂਆਂ ਦੇ ਗ੍ਰੰਥ 'ਚ ਕੀ ਲਿਖਿਆ। ਕਥਾ ਬੰਦ ਹੋ ਗਈ ਮੀਆਂ ਮੀਰ ਜੀ ਮੁਸਲਿਮ ਸੰਤ ਉਹ ਆਨੰਦ ਮਾਣਦੇ ਸਨ। ਰਾਜਾ ਨੂੰ ਟਾਈਮ ਲੈ ਕੇ ਰਾਜਾ ਇੱਥੇ ਕਥਾ ਨਾ ਬੰਦ ਕਰ ਉਹ ਮਾਲਕ ਹਨ ਉਹ ਸਭ ਕੁਝ ਕਰ ਸਕਦੇ ਹਨ।
ਜਦੋਂ ਨਾਮ ਮੰਨਿਆ ਗਿਆ ਉਹਨਾਂ ਦਾ ਵਚਨ ਤੇ ਕੀ ਬੋਲਦੇ ਹਨ ਸਾਧ ਸੰਗਤ ਜੀ ਇਹ ਸਾਡਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ 400 ਸਾਲ ਪੁਰਾਣਾ ਹੈ ਉਹ ਕਹਿੰਦੇ ਨੇ ਰਾਜਾ ਜੀ ਮੈਂ ਤੁਹਾਡੇ ਕੋਲ ਬੈਠਾ ਹਾਂ ਤੁਸੀਂ ਐਂ ਕਹਿੰਦੇ ਹੋ ਲਾਹੌਰ ਸ਼ਹਿਰ 'ਚ ਉੱਥੇ ਵਜ਼ਾਰਤ ਸੀ ਉਹਨਾਂ ਦੀ ਕਿ ਮੈਂ ਸਾਰਿਆਂ ਦੇ ਘਰ ਇੱਕੋ ਟਾਈਮ ਖਾਣਾ ਖਾਵਾਂਗਾ ਮੈਂ ਤੁਹਾਡੇ ਕੋਲ ਬੈਠਾ ਹਾਂ ਹੈਰਾਨ ਹੋ ਗਏ ਸੁਣ ਕੇ ਭੇਜੇ ਗਏ ਗੁਪਤਚਰ ਇਹ ਹੀ ਹੋਇਆ ਜਿਹੜਾ ਟਾਈਮ ਮੁਕਰਬ ਸੀ ਉਹ ਸਾਰੇ ਲਾਹੌਰ 'ਚ ਖਾਣਾ ਖਾ ਰਹੇ ਸਨ ਸਾਰਿਆਂ ਤੋਂ ਸਤਸੰਗ ਜੀ ਉਹ ਵੇਖੋ ਅੱਗੋਂ ਕੀ ਬੋਲਦੇ ਨੇ ਮੀਆਂ ਮੀਰ ਜੀ ਮੈਂ ਤਾਂ ਇੱਕ ਉਹਨਾਂ ਦਾ ਬਣਾਇਆ ਹੋਇਆ ਜੇ ਮੇਰੇ ਕੋਲੋਂ ਇੰਨੀ ਸੇਵਾ ਲੈ ਸਕਦੇ ਹਨ ਉਹ ਆਪ ਕੀ ਨਹੀਂ ਕਰ ਸਕਦੇ ਪ੍ਰਗਟ ਹੋਏ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਕੋਲੋਂ ਗੋਲਡਨ ਟੈਂਪਲ ਦੀ ਨੀਂਹ ਪੱਥਰ ਰਖਾਈ ਜਦੋਂ ਉਹਨਾਂ ਨੂੰ ਤੱਤੀਆਂ ਲੋਹਾਂ 'ਤੇ ਬਿਠਾਇਆ ਉਹ ਸੇਵਕ ਬਣ ਚੁੱਕੇ ਸਨ ਗੁਰੂ ਸਾਹਿਬ ਦੇ ਸੇਵਾ ਦੇ ਵਿੱਚ ਉਹ ਖੂਨ ਬਲੱਡ ਕੱਪੜਿਆਂ ਨੂੰ ਲੱਗਿਆ ਉਹਨਾਂ ਚੂਸ ਲਿਆ ਕਹਿੰਦੇ ਨੇ ਗੁਰੂ ਜੀ ਮੈਨੂੰ ਕਹੋ ਮੈਂ ਇਹਨਾਂ ਸਾਰਿਆਂ ਨੂੰ ਖਤਮ ਕਰ ਦਿਆਂ ਜਿਹੜੇ ਤੁਹਾਡੇ 'ਤੇ ਇੰਨਾ ਜ਼ੁਲਮ ਕਰਦੇ ਹਨ ਅਤੇ ਉਹ ਕਹਿੰਦੇ ਨੇ ਐਡੀ ਸ਼ਕਲ ਕਿੱਥੋਂ ਆਈ ਆ ਤੁਹਾਡਾ ਇਹ ਸ਼ੀਰ ਪ੍ਰਸ਼ਾਦ ਲਿਆ ਅਤੇ ਮਹਾਰਾਜ ਕਹਿੰਦੇ ਨੇ ਉਹ ਆਪ ਕੀ ਨਹੀਂ ਕਰ ਸਕਦੇ ਤੇਰਾ ਬਹਾਨਾ ਮਿੱਠਾ ਕਰ ਸਤਸੰਗ ਜੀ ਇਸ ਬੱਚੇ ਨੂੰ ਕੋਈ ਨਹੀਂ ਸੀ ਇਹਨੂੰ ਇਹ ਕਿਹੜੇ ਕੌਮ ਦਾ ਹੈ ਇਹਨੇ ਰਾਜ ਆਉਂਦੇ ਨੂੰ ਪੁੱਛਣਾ ਪੈਸੇ ਵੱਟੇ ਨਹੀਂ ਫੇੜੀਆਂ ਵਾਲੇ ਨੂੰ ਰੇੜੀਆਂ ਵਾਲੇ ਨੂੰ ਨਹੀਂ ਵੱਟੇ ਹੋਣੇ ਘੱਟ ਵੱਟੇ ਹੋਣੇ ਉਹਦੀ ਜੇਬ 'ਚ ਪਾ ਲੈਣੇ ਸਤਸੰਗ ਜੀ ਕ੍ਰਿਸ਼ਨ ਭਗਵਾਨ ਅਸ਼ਮੇਧ ਜਦੋਂ ਪਾਂਡਵਾਂ ਦੀ ਜਿੱਤ ਹੋ ਗਈ ਇੱਕ ਮਹਾਰਾਜ ਇਕੱਲੇ ਨਾਲ ਸਨ ਕਿੰਨੀ ਸੈਨਾ ਸੀ ਜਿੱਤ ਹੋਈ ਅਸ਼ਮੇਧ ਜੱਗ ਜਦੋਂ ਨੱਚਿਆ ਉਹ ਕੰਡਿਆਲ ਵੱਜਣਾ ਸੀ ਨਾ ਵੱਜਿਆ ਸਾਰਿਆਂ ਨੂੰ ਨਿਉਤਾ ਦਿੱਤਾ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਉਹ ਕੋਈ ਸਾਧ ਤੁਹਾਡੇ ਕੋਲੋਂ ਰਹਿ ਗਿਆ ਨਾਮ ਜਪਣ ਵਾਲਾ ਸਾਧ ਜਿਹੜਾ ਇੱਥੇ ਨਹੀਂ ਆਇਆ ਉਹਦੇ ਕਾਰਨ ਤੁਹਾਡਾ ਜੱਗ ਸੰਪੂਰਨ ਨਹੀਂ ਹੋ ਰਿਹਾ ਉਹ ਕਹਿੰਦੇ ਮਹਾਰਾਜ ਜੀ ਸਾਰਿਆਂ ਨੂੰ ਬੁਲਾਇਆ ਫਲਾਣੇ ਨੂੰ ਬੁਲਾਇਆ ਜੇ ਛੋਟੀ ਜਾਤ ਦੇ ਝਾੜੂ ਬਰਦਾਰ ਸਫਾਈ ਕਰਨੀ ਨਾਮ ਜਪ ਛੱਡਣਾ ਉਹਨਾਂ ਕੋਲ ਜਾਓ ਪਾਂਡਵ ਗਏ ਆਪਣੇ ਘੋੜਿਆਂ ਰੱਥਾਂ 'ਤੇ ਉਹ ਅੱਗੋਂ ਕੀ ਕਹਿੰਦੇ ਨੇ ਨਹੀਂ ਸੀ ਛੁੱਪ ਕੇ ਰਹਿਣਾ ਚਾਹੁੰਦੇ ਹਨ ਕਹਿੰਦੇ ਨੇ ਮੈਨੂੰ 101 ਅਸ਼ਮੇਧ ਜੱਗ ਦਾ ਫਲ ਦਿਓ ਮੈਂ ਤਾਂ ਚੱਲਦਾ ਨਾਲ ਤੁਹਾਡੇ ਉਹ ਕਹਿੰਦੇ ਸਾਡੇ ਕੋਲ ਇੱਕ ਨਹੀਂ ਪੂਰਾ ਹੋ ਰਿਹਾ ਵਾਪਸ ਆ ਗਏ ਖਾਲੀ ਦ੍ਰੋਪਦਨੀ ਕ੍ਰਿਸ਼ਨ ਮਹਾਰਾਜ ਦੀ ਭਗਤਨੀ ਉਹ ਕਹਿੰਦੀ ਮੈਂ ਲਿਆਉਂਦੀ ਹਾਂ ਸਤਸੰਗਤ ਜੀ ਉਹ ਗਈ ਨੰਗੇ ਪੈਰ ਪ੍ਰੀਤ ਵਿੱਚ ਉਹ ਛੁਪੇ ਹੋਏ ਸੰਤਾਂ ਨੂੰ ਲੈਣ ਲਈ ਉਹ ਵੇਖੋ ਅੱਗੋਂ ਉਹਨਾਂ ਉਹੀ ਸਵਾਲ ਕੀਤਾ ਅੱਗੋਂ ਕੀ ਕਹਿੰਦੀ ਹੈ ਮੈਂ ਵੇਦਾਂ ਸ਼ਾਸਤਰਾਂ 'ਚ ਪੜ੍ਹਿਆ ਪੂਰਨ ਸੰਤਾਂ ਦੇ ਕੋਲ ਨੰਗੇ ਪੈਰ ਜਾਣ ਦਾ 101 ਅਸ਼ਮੇਧ ਜੱਗ ਦਾ ਫਲ ਹੈਗਾ ਮੈਂ ਇੰਨੇ ਕਦਮ ਚੱਲ ਕੇ ਆਈ ਹਾਂ ਇੱਕ ਕਦਮ ਦਾ ਫਲ ਤੁਸੀਂ ਲਵੋ ਬਾਕੀ ਮੇਰੀ ਝੋਲੀ ਪਾਓ ਅਤੇ ਚੱਲੋ ਸੰਤਾਂ ਨੂੰ ਜਾਣਾ ਪੈ ਗਿਆ ਸਤਸੰਗ ਜੀ ਇਹਨੂੰ ਬੱਚੇ ਨੂੰ ਸੋਝੀ ਸੀ ਇਹੋ ਜਿਹੇ ਬਚਨ ਸੁਣਦਾ ਹੁੰਦਾ ਸੀ ਇਹ ਸਾਧ ਸੰਗਤ ਨੂੰ ਉਹਨੇ ਆਪਣੀ ਜਾਨ ਸਮਝੀ ਹੋਈ ਸੀ ਉਹ ਨੰਗੇ ਪੈਰ ਵੀ ਤੁਰਿਆ ਸਾਰਿਆਂ ਨੂੰ ਮਨਾਉਣ ਲਈ ਉਹਨੂੰ ਜਿਹੜਾ ਜ਼ਿਆਦਾ ਨਿਮਾਣਾ ਹੁੰਦਾ ਸੀ ਉਹਨੂੰ ਜ਼ਿਆਦਾ ਸਤਿਕਾਰ ਕਰਦਾ ਸੀ ਆਪਣੀ ਮਾਂ ਨੂੰ ਕਹਿੰਦਾ 15-20 ਦਿਨ ਪਹਿਲੇ ਪਾਪਾ ਨੂੰ ਕਹੋ ਇਹ ਕੋਠੀ ਵੇਚ ਦਈਏ ਇੱਕ ਕਨਾਲ ਦੀ 8 ਸੈਕਟਰ ਲੈ ਲੈਂਦੇ ਹਾਂ ਬੜੇ ਪੈਸੇ ਕਰੋੜਾਂ ਆ ਜਾਣਗੇ ਸਾਧ ਸੰਗਤ ਦੇ ਵਿੱਚ ਉਹਦੀ ਸੇਵਾ ਚਲਾ ਰਹੀ ਉਹ ਕਹਿੰਦੀ ਹੈ ਤੁਹਾਨੂੰ ਆਦਤ ਪੈ ਗਈ ਹੈ ਵੱਡੇ ਘਰਾਂ ਦੀ ਤੁਸੀਂ ਨਹੀਂ ਰਹਿ ਸਕੋਗੇ ਕਹਿੰਦਾ ਨਹੀਂ ਅਸੀਂ ਰਹਿ ਲਾਂਗੇ ਸਾਧ ਸੰਗਤ ਜੀ ਅਸੀਂ ਆਪਣੇ ਵੱਡਿਆਂ ਕੋਲ ਸੁਣਿਆ ਕਿ ਮਾਂ ਦਾ ਸਾਰੀਆਂ ਮਾਵਾਂ ਬੈਠੀਆਂ ਹਨ ਆਪਣੇ ਬੱਚੇ ਵਾਸਤੇ ਕਿੰਨਾ ਹੁੰਦਾ ਹਰ ਮਾਂ ਆਪਣੇ ਬੱਚੇ ਵਾਸਤੇ ਖਾਣ ਨੂੰ ਨਹੀਂ ਮਿਲਦਾ ਅਤੇ ਉਹਨੂੰ ਕਿਵੇਂ ਪਾਲਦੀ ਹੈ ਅਤੇ ਦਾਦਾ ਜੀ ਕਹਿੰਦੇ ਹੁੰਦੇ ਸਨ ਪੜ੍ਹਿਆ ਹੋਣਾ ਸੁਣਿਆ ਹੋਣਾ 100 ਮਾਵਾਂ ਦੇ ਦਿਲ ਰਲ ਜਾਣ 100 ਰਲ ਜਾਣ
गुरु का अपने भगत वास्ते होंदा, ये उन्होंने भगत। कोई सुपना किसी नूं आना कोई लिया सकता है कि दूजे नूं सेम सुपना? अजे किन्ने दिन होए ने, पांच सात जणियां नूं सुपने भी आ गए ने, दर्शन हो गए ने कि मैं ते महाराज जी की गोद विच छलान लगाई ते मैं ते उन्हां दी गोद विच। साध संगत जी पंजवीं दुनियावी बचन पंजवीं मंजिल तो छाल मार के मैं और शरीर उहदे मत्थे ते छोटा जिहा निशान, बाकी शरीर ते कोई निशान नहीं। साध संगत जी तुम करो भला हम भलो न जाना, उत्ते सदा ही भला करते हैं, तुम सदा सदा दयाला। कोई दम मारन दी नहीं हैगी, अगले पल पता नहीं किस पार गिरना है। कोट ब्रह्मांड को ठाकुर स्वामी सर्व जिया का दाता रे, ओ करोड़ा ब्रह्मांडा दे मालक हन, ओ करोड़ा ब्रह्मांडा दे मालक हन। एक संसार ही देखते हैं, वाणी च आया कोट ब्रह्मांड को ठाकुर स्वामी सर्व जिया का दाता रे, करोड़ा ब्रह्मांडा दे सारिया दे उदाते ने, सर्व जिया का दाता रे, कोट ब्रह्मांड को ठाकुर स्वामी सर्व जिया का प्रित पल है, नित सार संभाल है, सारे पालना करते सारे दा रोज प्रित पालन, एक गुण नहीं मूर्ख जाता। सतसंग जी मैं सारे जिया आ, मुश्किलां भी होईयां होंदियां गड्डियां लगान सारे जी आया जी, सतसंग का प्यार सानू ले जांदा है। वाहेगुरु जी का खालसा श्री वाहेगुरु जी।